ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਠਿੰਡਾ ਲੋਕ ਸਭਾ ਸੀਟ ਦੀ ਗੱਲ ਕਰਨੀ ਹੈ। ਧਿਆਨ ਦੇ ਨਾਲ ਸੁਣਿਓ। ਬਹੁਤਿਆਂ ਨੇ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਹਾਜ਼ਮ ਨਹੀਂ ਕਰਨੀਆਂ, ਪਰ ਇਹ ਕੌੜਾ ਸੱਚ ਹੈ। ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਤਿੰਨ ਵਾਰੀ ਐਮ ਪੀ ਰਹਿ ਚੁੱਕੇ ਆ, ਚੌਥੀ ਵਾਰ ਉਹ ਚੌਂਕਾਂ ਮਾਰਨ ਨੂੰ ਫਿਰਦੇ ਆ। ਅਤੇ ਐਤਕੀ ਮੈਂ ਦੱਸਣਾ ਚਾਹੁੰਦਾ ਕਿ ਬੀਬਾ ਜੀ ਦੀ ਦਾਲ ਗਲਦੀ ਨਹੀਂ। ਉਹਦਾ ਕਾਰਨ ਇਹ ਹੈ ਕਿ 1.5 ਲੱਖ ਵੋਟ ਤਾਂ ਬਠਿੰਡਾ ਲੋਕ ਸਭਾ ਸੀਟ 'ਤੇ ਬੀਜੇਪੀ ਦੀ ਹੈ। ਬੀਜੇਪੀ ਐਤਕੀ ਵੱਖਰੀ ਹੈ, ਭਾਵ ਅਕਾਲੀ ਦਲ ਦੇ ਨਾਲ ਅਲਾਇੰਸ ਨਹੀਂ ਹੈਗਾ, ਉਹ ਘਾਟਾ ਪੈ ਰਿਹਾ। ਅਤੇ ਬਾਕੀ ਜਿਹੜਾ ਬੇਅਦਬੀ ਦਾ ਮੁੱਦਾ ਛਿੜਿਆ, ਲੋਕ ਖਫਾ ਨੇ। ਮਤਲਬ ਕਿ ਇਹ ਕਹਿ ਲਈਏ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਦੌੜ ਤੋਂ ਬਾਹਰ ਹੈ, ਜਿੱਤਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਹਾਂ, ਹੁਣ ਇਹ ਜ਼ੋਰ ਲਾ ਰਹੇ ਨੇ ਪੈਸਾ ਵੰਡਿਆ ਜਾਵੇ, ਨਸ਼ਾ ਨੌਜਵਾਨਾਂ ਨੂੰ ਵੰਡਿਆ ਜਾਵੇ, ਗੁੰਮਰਾਹ ਕੀਤਾ ਜਾਵੇ ਕਿਤੇ ਨਾ ਕਿਤੇ ਵੋਟਰਾਂ ਨੂੰ, ਉਹ ਇਹ ਕਰਤੂਤਾਂ ਕਰ ਰਹੇ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਤੇ ਬਠਿੰਡਾ ਲੋਕ ਸਭਾ ਸੀਟ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਸਭ ਨੂੰ ਬੇਨਤੀ ਹੈ ਕਿ ਐਤਕੀ ਬਠਿੰਡਾ ਸੀਟ ਤੋਂ ਜੇ ਵਧੀਆ ਪੁਜੀਸ਼ਨ ਹੈਗੀ ਆ ਜਾਂ ਵਧੀਆ ਲੀਡਰ ਹੈਗੇ ਆ ਬੇਦਾਗ, ਉਹ ਜੀਤ ਮਹਿੰਦਰ ਸਿੱਧੂ ਨੇ, ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ। ਅਤੇ ਜਿਹੜੇ ਵੀ ਵੋਟਰ ਵੋਟ ਪਾਉਣਗੇ ਉਹਨਾਂ ਨੂੰ ਬੇਨਤੀ ਹੈ ਕਿ ਬੀਜੇਪੀ ਦੀ ਸਰਕਾਰ ਨਹੀਂ ਆ ਰਹੀ, ਸੈਂਟਰ ਵਿੱਚ ਸਰਕਾਰ ਜਿਹੜੀ ਹੈ ਕਾਂਗਰਸ ਦੀ ਆ ਰਹੀ ਹੈ, ਅਤੇ ਜਿੱਥੇ ਵੀ ਤੁਸੀਂ ਵੋਟ ਪਾਉਣੀ ਹੈ ਕਾਂਗਰਸ ਨੂੰ ਵੋਟ ਪਾਇਓ, ਅਤੇ ਆਪਣੀ ਵੋਟ ਨਾ ਖਰਾਬ ਕਰਿਓ। ਕਿਉਂਕਿ 10 ਸਾਲ ਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ ਭਾਰਤ ਦਾ ਦੁਆਲਾ ਕੱਢਿਆ, ਬਹੁਤ ਸਰਕਾਰੀ ਅਦਾਰੇ ਵੇਚ ਦਿੱਤੇ, ਗੁੰਮਰਾਹ ਕੀਤਾ ਗਿਆ ਸੀ, 10-10 ਲੱਖ ਰੁਪਈਆ ਬੈਂਕ ਖਾਤੇ ਵਿੱਚ ਆਊਗਾ, ਉਹ ਸਭ ਕੁਝ ਜੁਮਲੇ ਸੀ, ਝੂਠ ਨਿਕਲਿਆ। ਅਤੇ ਬਸ ਬਹੁਤੀ ਲੰਬੀ ਚੌੜੀ ਗੱਲ ਕਰਨ ਦੀ ਲੋੜ ਨਹੀਂ, ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਬਠਿੰਡਾ ਸੀਟ ਦਾ ਜਿਹੜਾ ਸਰਵੇ ਹੈ ਉਹ ਇਸ ਵਕਤ 50-60 ਹਜ਼ਾਰ ਦੀ ਲੀਡ ਜਿਹੜੀ ਹੈ ਉਹ ਜੀਤ ਮਹਿੰਦਰ ਸਿੰਘ ਸਿੱਧੂ ਲੈ ਰਹੇ ਨੇ, ਜਾਣੀ ਕਿ ਬਠਿੰਡਾ ਸੀਟ ਕਾਂਗਰਸ ਦੀ ਤਕਰੀਬਨ ਤੈਅ ਹੋ ਚੁੱਕੀ ਹੈ। ਅਤੇ ਜਿਹੜੇ ਵੋਟਰ ਨੇ, ਮੈਂ ਉਹਨਾਂ ਨੂੰ ਬੇਨਤੀ ਹੈ ਕਿ ਐਵੇਂ ਵੋਟ ਨਾ ਖਰਾਬ ਕਰਿਓ, ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਰਹੀ ਹੈ, ਅਤੇ ਬਸ ਸਾਨੂੰ ਤਕਰੀਬਨ 10 ਸਾਲ ਬਾਅਦ ਚੇਂਜ ਕਰ ਦੇਣਾ ਚਾਹੀਦਾ। ਅਤੇ ਉਹ ਤਕਰੀਬਨ ਲੋਕਾਂ ਦਾ ਜਿਹੜਾ ਮਨ ਹੈ ਉਹ ਬਣ ਚੁੱਕਾ ਹੈ, ਬੀਜੇਪੀ ਨੂੰ ਲੋਕ ਚੇਂਜ ਕਰ ਚੁੱਕੇ ਹੈ। ਅਤੇ ਅਸੀਂ ਵੀ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਈਏ। ਅਤੇ ਸਾਡੀ ਬਦਕਿਸਮਤੀ ਰਹੀ ਹੈ, ਜਦੋਂ ਸੈਂਟਰ ਵਿੱਚ ਬੀਜੇਪੀ ਦੀ ਹੁੰਦੀ ਹੈ ਉਦੋਂ ਅਸੀਂ ਬੰਦੇ ਅਕਾਲੀਆਂ ਦੇ ਜਿਤਾ 'ਤੇ ਜਾਂ ਕਾਂਗਰਸ ਦੇ ਜਿਤਾ 'ਤੇ। ਅਤੇ ਸਾਨੂੰ ਵੀ ਰਾਜਨੀਤੀ ਦੇ ਮੁਤਾਬਕ ਚੱਲਣ ਦੀ ਲੋੜ ਹੈ। ਜੇ ਐਤਕੀ ਸੈਂਟਰ ਵਿੱਚ ਸਰਕਾਰ ਕਾਂਗਰਸ ਦੀ ਆ ਰਹੀ ਹੈ ਤਾਂ ਕਾਂਗਰਸ ਦੇ ਹੀ ਪੰਜਾਬ ਦੇ ਵਿੱਚੋਂ ਐਮ ਪੀ ਹੋਣੇ ਚਾਹੀਦੇ ਨੇ, ਤਾਂ ਸਾਡੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈਗੀ ਹੈ, ਜਿਹੜੇ ਕੰਮ ਨੇ ਉਹ ਹੋ ਸਕਦੇ ਹੈ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।